जिसकी बात दीवाने 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 मरहाबा। वैसे थानू महसूस नहीं होया एडा नारा ला के एडा जवाब देना चंगी गल नहीं, करी इस गल नू फील करना। एडा वड्डा हुजूर दा आशिकां दा इजतमा बैठा होवे ते नारे दा जवाब इंज आवे जिवें दो तीन बंदे बैठे ने। नारे तकबीर बावजूद अल्लाह दा नाम बुलंद करो तुहाडा कोई नहीं जाणदा। नारे तकबीर दोनों हाथ बुलंद करके नारे नसीब होती है और होश पड़ती नसीब होती है। सर झुकाकर अली लंगर पर सर बुलंदी नसीब होती है। किले मंगते ने हाथ चुके सवाल तो बोले जरा मंगना है बोलेगा तो ना बोले। आका तेरी नैन ज़ियारत मंगते ने हो जावे एक बार इनायत मंगते आका हो जावे एक बार इनायत मंगते ने जावे एक बार इनायत मग देने। जिहड़ा आदम अलैहि सलाम तो लग के हुजूर तक सारे अंबिया नूं सोहणा मंदा हचो कुछ बोल बोले सारे नबियां दा सोहणा मंदा है। हुण वेखो ना केड़ी गल है कि मस्जिद अक्सा विच सारे सोहणे इकट्ठे होए बैठे ने, सारे सोहणे मस्जिद अक्सा विच इकट्ठे ने। किबला तवज्जो होवे हुण हुजूर दा पहुंचना ते शेर सुनना जरा। हुस्न दी महफिल अंदर सोहणिया सब सोने हुस्न दी महफिल अंदर सोने सब सोने जद वेखो बस तेरी सदारत मंगदे ने हाँ हो जावे एक बार इनायत मंगदे बोलो हो जावे एक बार इनायत मंगदे ने। सारे मुरसल कुल मुरसल सारे मुरसल अक्सा दे विच है आका सारे मुरसल अक्सा दे विच है आका तेरी रब तो तेरी इमानत मंग दे तेरा सुनना है आज को सुभान अल्लाह बोलो समझ आई है सुभान अल्लाह बोले हो जावे एक बार इनायत मंग देने। इस जगह का नाम है बहल और हम इतनी दाद से बहल जाएंगे ये हो नहीं सकता। पंडाल पर आया शाला जिंदगी च रौनक लगिया रहन। अगला शेर मेरे से उन्नो तक देना नहीं जब तक पूरी तवज्जो ना हो जाए, बिलखसूस स्टेज वाले क्योंकि पंडाल वाले दो जड़ दोस्त बैठे ने थक भी सकते ने पर आशक थकन वाले नजर नहीं आते।
ਭਾਈ ਮੈਨੂੰ ਰੋਟੀ ਖਿਲਾਈ ਹੈ ਫਰਕਲ ਹੋਟਲ ਤੋਂ ਮੈਂ ਰੋਟੀ ਖਾ ਲਈ ਅਤੇ ਇਹ ਉੱਤੋਂ ਆਏ ਕਹਿਣ ਲੱਗਾ ਹਾਕਮ ਸਾਹਿਬ ਤੁਸੀਂ ਬਿੱਲ ਨਹੀਂ ਦੇਣਾ ਬਿੱਲ ਮੈਂ ਦਿਆਂਗਾ ਤੁਹਾਡੇ ਖਾਣੇ ਦਾ ਬਿੱਲ ਮੈਂ ਦਿਆਂਗਾ ਸਿਰਫ ਮੁਹੱਬਤ ਔਰ ਪਿਆਰ ਦੀ ਵਜ੍ਹਾ ਨਾਲ ਵਰਨਾ ਆਮ ਬੰਦੇ ਵੀ ਖਾ ਰਹੇ ਸਨ ਉਹਨਾਂ ਦਾ ਬਿੱਲ ਨਹੀਂ ਭਾਈ ਨੇ ਭਰਿਆ ਮੇਰਾ ਭਰਿਆ ਮੇਰਾ ਕੋਈ ਤਲਕ ਸੀ ਮੈਂ ਗੱਲ ਮਿਸਾਲ ਦੇ ਕੇ ਦੇਣਾ ਚਾਹੁੰਦਾ ਕਿ ਤੂੰ ਆਪਣੇ ਸਜਣਊ ਅਤੇ ਆਪਣਾ ਬਿਲੱਪਾ ਅਤੇ ਆਪਣੀ ਯਾਰਾਨੇ ਨੂੰ ਨਿਭਾਉਣਾ ਅਗਲੇ ਨੂੰ ਬਿੱਲ ਵੀ ਨਹੀਂ ਭਰਨ ਦੇਣਾ ਅੱਜ ਤੈਨੂੰ ਸ਼ੇਰ ਦੱਸਣਾ ਹੈ ਕਿ ਹੁਸੈਨ ਨੇ ਆਪਣੇ ਨਾਨੇ ਦੇ ਦੀਨ ਦਾ ਬਿੱਲ ਕਿੰਨਾ ਭਰਿਆ ਹੈ ਤੇਰੀ ਮਰਜ਼ੀ ਕਰੇ ਸੁਭਾਨ ਅੱਲਾਹ ਬੋਲ ਤਿਲ ਕਰੇ ਨਾ ਬੋਲ ਤੇਰਾ ਕੀ ਕਹਿ ਸਕਦੇ ਹਾਂ ਪਾਕ ਹੁਸੈਨ ਨੇ ਆਖਿਆ ਨਾਨਾ ਪਰਦੇਸਾ ਪਾਕ ਹੁਸੈਨ ਨੇ ਆਖਿਆ ਨਾਨਾ ਪਰਦੇਸਾ ਦੀਨ ਦੀ ਦੁਸ਼ਮਣ ਜੋ ਵੀ ਕੀਮਤ ਮੰਗਦੇ ਹੋ ਜਾਵੇ ਇੱਕ ਵਾਰ ਇਨਾਇਤ ਮੰਗਦੇ ਬੋਲੋ ਹੋ ਜਾਵੇ ਇੱਕ ਵਾਰ ਇਨਾਇਤ ਮੰਗਦੇ ਤੁਹਾਡੇ ਜ਼ੋਬ ਦਾ ਇਮਤਿਹਾਨ ਹੈ ਜਿਹੜਾ ਹੁਸੈਨੀ ਹੱਥ ਚੁੱਕ ਸਵਾਲ ਨਾ ਬੋਲੋ ਬੰਦਾ ਮਰ ਗਿਆ ਕਬਰ ਚ ਗਿਆ ਫਰਿਸ਼ਤਾ ਪੁੱਛਿਆ ਤੇਰਾ ਰੱਬ ਕੌਣ ਹੈ ਕਿਹੜੇ ਦੀਨ ਤੇ ਮਰਿਆ ਤੇ ਇਹ ਸ਼ਖਸੀਅਤ ਕਿਹੜੀ ਤੇਰੇ ਸਾਹਮਣੇ ਜਲਵਾ ਗਾ ਰਹੇ ਇਹਦੇ ਬਾਰੇ ਤੇਰਾ ਕੀ ਅਕੀਦਾ ਸੀ ਤੇ ਮਰਨ ਵਾਲਾ ਕਹਿਣ ਲੱਗਾ ਜੇ ਕਹੋ ਤੇ ਮੈਂ ਸਾਰੀ ਗੱਲਾਂ ਦਾ ਜਵਾਬ ਇੱਕੇ ਜੁਮਲੇ ਦੇ ਦਿਆਂ ਹੁਣ ਜਵਾਬ ਸੁਣਨਾ ਤੇ ਮੈਂ ਤੇਰਾ ਹੱਥ ਦੇਖਣਾ ਫਜ਼ਾ ਚ ਬੁਲੰਦ ਕਿਵੇਂ ਹੁੰਦਾ ਹੈ ਨੌਕਰ ਹੱਥ ਉਠਾ ਦੇ ਕਹਿ ਜੋ ਦਿੱਤਾ ਆਲ ਨਬੀ ਦਾ ਨੌਕਰ ਕਹਿ ਜੋ ਦਿੱਤਾ ਆਲ ਨਬੀ ਦਾ ਨੌਕਰ ਕੁਦਸੀ ਕਾਨੂੰ ਹੋਰ ਵਜ਼ਾਹਤ ਮੰਗਦੇ ਹੋ ਜਾਵੇ ਇੱਕ ਵਾਰ ਇਨਾਇਤ ਮੰਗਦੇ ਆਕਾ ਤੇਰੀ ਨੈਣ ਜ਼ਿਆਰਤ ਮੰਗਦੇ ਨੇ ਹੋ ਜਾਵੇ ਇੱਕ ਵਾਰ ਇਨਾਇਤ ਮੰਗਦੇ ਨੇ ਹਾਕਮ ਮੈਂ ਤੇ ਹਾਕਮ ਮੈਂ ਤੇ ਹਾਕਮ ਮੈਂ ਤੇ ਉਸ ਨਬੀ ਦਾ ਉਮਤੀਆਂ ਮੂਸਾ ਜੈਣੀ ਜਿਸ ਦੀ ਨਿਸਬਤ ਮੰਗਦੇ ਹੋ ਜਾਵੇ ਇੱਕ ਵਾਰ ਇਨਾਇਤ ਮੰਗਦੇ ਨੇ ਗੱਲ ਉਮਤੀ ਤੇ ਮੁੱਕੀ ਹੈ ਤੇ ਫਰਮਾਇਸ਼ ਇੰਤਜ਼ਾਮੀਆਂ ਵੱਲੋਂ ਬੜੀ ਵੱਡੀ ਉਮਤੀ ਤੇ ਜਿਹੜਾ ਉਮਤੀ ਹੋਣ ਤੇ ਨਾਜ਼ ਕੀਤੀ ਬੈਠਾ ਹੈ ਇਹ ਥੋੜੀ ਗੱਲ ਹੈ ਕਿ ਹਜ਼ੂਰ ਨੇ ਉਮਤ 'ਚ ਰੱਖ ਲਿਆ ਦੋਜ਼ਖੀ ਨਹੀਂ ਜੰਨਤੀ ਦੋਜ਼ਖੀ ਨਹੀਂ ਜੰਨਤੀਆਂ ਕਿਉਂਕਿ ਮੈਂ ਮਦਨੀ ਦਾ ਉਮਤੀ ਹੱਥ ਉਠਾਏ ਤਾਂ ਕਿ ਫਸਲ ਨਾਲ ਪਤਾ ਲੱਗਿਆ ਅਸੀਂ ਬੈਠੇ ਨੇ ਜਿਹੜਾ ਸੱਚਾ ਉਮਤੀ ਹੈ ਤੂੰ ਇਹ ਹੱਥ ਬੁਲੰਦ ਕਰਕੇ ਨਾਰੇ ਦਾ ਜਵਾਬ ਦੇ ਸੀ ਲਾਵਾ ਤਕਬੀਰ ਅੱਲਾਹੁ ਅਕਬਰ ਲਾਵਾ ਰਿਸਾਲਤ ਯਾ ਰਸੂਲ ਅੱਲਾਹ ਹੱਥ ਚਾਰ ਯਾ ਅੱਲਾਹ ਯਾ ਅਲੀ ਮੌਤ ਭੀ ਕਬੂਲ ਮੌਤ ਭੀ ਕਬੂਲ ਦੋਜ਼ਖੀ ਨਹੀਂ ਜੰਨਤੀਆਂ ਜੰਨਤੀਆਂ
ਹੁਣ ਵੇਖਣਾ ਕਿਹੜਾ ਹਾਜ਼ਰ ਬੈਠਾ ਹੈ। ਜਿਸ ਤੇ ਲਿਖਿਆ ਨਾਮ ਅਲੀ ਦਾ, ਸੁਭਾਨ ਅੱਲਾਹ, ਜਿਸ ਤੇ ਲਿਖਿਆ ਨਾਮ ਅਲੀ ਦਾ, ਮੈਂ ਇੱਕ ਐਸੀ ਤਖਤੀਆਂ ਦੋਜ਼ਖ ਨਹੀਂ ਮੈਂ ਜੰਨਤੀਆਂ, ਉਹ ਬੰਦਾ ਜਿਹੜਾ ਹਜ਼ੂਰ ਦੇ ਆਲ ਨਾਲ ਪਿਆਰ ਕਰਦਾ ਹੈ, ਉਹਦਾ ਅੱਬਾ ਵੀ ਕਰਦਾ ਹੈ, ਉਹਦਾ ਦਾਦਾ ਵੀ ਕਰਦਾ ਹੈ। ਅੱਜ ਨਹੀਂ, ਅੱਜ ਤੋਂ ਨਹੀਂ ਮੈਂ ਆਲ ਨਬੀ ਦਾ, ਅੱਜ ਤੋਂ ਨਹੀਂ ਮੈਂ ਆਲ ਨਬੀ ਦਾ ਨੌਕਰ ਜੱਦੀ ਪੁਸ਼ਤੀਆਂ ਨਹੀਂ ਮੈਂ ਜੰਨਤੀਆਂ, ਮੈਂ ਸੋਹਣੇ ਦਾ ਉਮਤੀਆਂ, ਦੁਖੀ ਨਹੀਂ ਮੈਂ ਜੰਨਤੀਆਂ। ਨਾਲ ਯਜ਼ੀਦੀਆਂ ਮੈਂ ਨਹੀਂ ਰਹਿ, ਨਾਲ ਯਜ਼ੀਦੀਆਂ ਅਹਲੇ ਹੱਕ ਦਾ ਸੰਗਤੀਆਂ, ਦੋਜ਼ਖੀ ਨਹੀਂ ਮੈਂ ਜੰਨਤੀਆਂ। ਮੈਂ ਔਰ ਬਾਕੀ ਸਨਾ ਖਾਨ ਬਿਹਲ ਕਿਉਂ ਆਏ? ਗੁਲਾਮ ਨਬੀ ਦੇ ਜਿਸ ਵਿੱਚ ਰਹਿੰਦੇ, ਗੁਲਾਮ ਨਬੀ ਦੇ ਜਿਸ ਵਿੱਚ ਰਹਿੰਦੇ, ਮੈਂ ਲੱਭਦਾ ਉਹ ਬਸਤੀਆਂ, ਦੋਜ਼ਖੀ ਨਹੀਂ ਮੈਂ ਜੰਨਤੀਆਂ। ਅਸਲ ਤੇ ਹਾਕਮ